ਹਾਂਜੀ, ਪੰਜਾਬੀ ਡਿਕਟੇਸ਼ਨ ਸਪੀਡ 80 ਦੀ 400 ਸ਼ਬਦ 5 ਮਿੰਟਾਂ ਦੇ ਵਿੱਚ ਡਿਕਟੇਟ ਕਰਾਂਗੇ। ਹਾਂਜੀ, ਰੈਡੀ? ਸਟਾਰਟ। ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਸ਼ਕਤੀਸ਼ਾਲੀ ਵੱਡੀਆਂ ਬਿੱਲੀਆਂ ਬੱਬਰ ਸ਼ੇਰ, ਸ਼ੇਰ ਅਤੇ ਚਿੱਤੇ ਬਾਰੇ ਤਾਂ ਹਰ ਕੋਈ ਜਾਣੂ ਹੈ, ਪਰ ਦੁਨੀਆ ਦੀ ਸਭ ਤੋਂ ਛੋਟੀ ਬਿੱਲੀ ਬਾਰੇ ਲੋਕ ਘੱਟ ਹੀ ਜਾਣਦੇ ਹਨ। ਡੰਡੀ, ਇਹ ਕੇਵਲ ਸਾਡੇ ਦੇਸ਼ ਅਤੇ ਸ਼੍ਰੀਲੰਕਾ ਵਿੱਚ ਹੀ ਮਿਲਦੀ ਹੈ। ਡੰਡੀ, ਇਸ ਦਾ ਨਾਂ ਜੰਗਾਲੇ ਧੱਬਿਆਂ ਵਾਲੀ ਬਿੱਲੀ ਹੈ। ਡੰਡੀ, ਇਸ ਦਾ ਭਾਰ 1.6 ਕਿਲੋਗ੍ਰਾਮ ਹੁੰਦਾ ਹੈ, ਜਦੋਂ ਕਿ ਆਮ ਪਾਲਤੂ ਬਿੱਲੀ ਦਾ ਭਾਰ 3.6 ਤੋਂ 4.6 ਕਿਲੋਗ੍ਰਾਮ ਤੱਕ ਹੁੰਦਾ ਹੈ। ਡੰਡੀ, ਇਸ ਦੀ ਲੰਬਾਈ 35 ਤੋਂ 48 ਸੈਂਟੀਮੀਟਰ ਤੱਕ ਹੁੰਦੀ ਹੈ। ਪੂਛ ਦੀ ਲੰਬਾਈ ਲਗਭਗ 15 ਤੋਂ 25 ਸੈਂਟੀਮੀਟਰ ਤੱਕ ਹੁੰਦੀ ਹੈ। ਡੰਡੀ, ਕੰਨ ਛੋਟੇ ਅਤੇ ਗੋਲ ਹੁੰਦੇ ਹਨ। ਇਹਨਾਂ ਦੇ ਕੰਨਾਂ ਦੇ ਪਿੱਛੇ ਬਦਾਮੀ ਸਲੇਟੀ ਰੰਗ ਦੇ ਚਟਾਕ ਹੁੰਦੇ ਹਨ। ਡੰਡੀ, ਇਹਨਾਂ ਦੀਆਂ ਲੱਤਾਂ ਮੁਕਾਬਲਤਨ ਛੋਟੀਆਂ ਹੁੰਦੀਆਂ ਹਨ ਅਤੇ ਪੈਰਾਂ ਦੇ ਤਲੇ ਕਾਲੇ ਹੁੰਦੇ ਹਨ। ਡੰਡੀ, ਜਿਵੇਂ ਕਿ ਇਸ ਦਾ ਨਾਮ ਦਰਸਾਉਂਦਾ ਹੈ, ਇਸ ਦੇ ਕੋਟ ਅਤੇ ਪਿਛਲੇ ਪਾਸੇ ਸਿਰ ਅਤੇ ਪਾਸਿਆਂ ਉੱਤੇ ਸਾਫ਼ ਸੁਥਰੀਆਂ ਕਤਾਰਾਂ ਵਿੱਚ ਛੋਟੇ ਛੋਟੇ ਜੰਗਾਲੇ ਰੰਗ ਦੇ ਫਿੱਕੇ ਚਟਾਕ ਵਿਖਾਈ ਦਿੰਦੇ ਹਨ। ਡੰਡੀ, ਇਹ ਬਿੱਲੀ ਭਾਰਤੀ ਉਪ ਮਹਾਂਦੀਪ ਵਿੱਚ ਪਾਈ ਜਾਂਦੀ ਹੈ, ਖਾਸਕਰ ਦੱਖਣੀ ਭਾਰਤ, ਗੁਜਰਾਤ, ਜੰਮੂ ਕਸ਼ਮੀਰ ਅਤੇ ਸ਼੍ਰੀਲੰਕਾ ਵਿੱਚ। ਡੰਡੀ ਵੇਖਣ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਸ ਤਰ੍ਹਾਂ ਇਸ ਦੀਆਂ ਅੱਖਾਂ ਨੂੰ ਚਿੱਟੇ ਰੰਗ ਨਾਲ ਮਾਰਕ ਕੀਤਾ ਹੋਵੇ। ਡੰਡੀ, ਇਹ ਬਿੱਲੀ ਦੁਨੀਆ ਦੀਆਂ ਸਾਰੀਆਂ ਬਿੱਲੀਆਂ ਵਿੱਚੋਂ ਸਭ ਤੋਂ ਛੋਟੀ ਹੈ। ਡੰਡੀ, ਸਟੋਪ।
ਹਾਂਜੀ ਰੈਡੀ ਸਟਾਰਟ। ਇਹ ਮੁੱਖ ਤੌਰ 'ਤੇ ਨਵੀਂ ਅਤੇ ਸੁੱਕੇ ਪਤਝੜ ਵਾਲੇ ਜੰਗਲਾਂ ਦੇ ਨਾਲ ਨਾਲ ਘਾਹ ਦੇ ਮੈਦਾਨਾਂ ਵਿੱਚ ਮਿਲਦੀ ਹੈ। ਡੰਡੀ ਇਹ ਸੰਘਣੀ ਬਨਸਪਤੀ ਅਤੇ ਪੱਥਰ ਵਾਲੇ ਖੇਤਰਾਂ ਨੂੰ ਤਰਜੀਹ ਦਿੰਦੀ ਹੈ। ਡੰਡੀ ਇਹ ਪੂਰਬੀ ਗੁਜਰਾਤ ਦੇ ਗੀਰ ਰਾਸ਼ਟਰੀ ਪਾਰਕ, ਮਹਾਰਾਸ਼ਟਰ ਦੇ ਤਾਡੋਬਾ ਅੰਧੇਰੀ ਟਾਈਗਰ ਰਿਜ਼ਰਵ ਵਿੱਚ ਅਤੇ ਭਾਰਤ ਦੇ ਪੂਰਬੀ ਘਾਟ ਦੇ ਨਾਲ ਲੱਗਦੇ ਵਨ ਖੇਤਰ ਵਿੱਚ ਵੇਖੀ ਜਾ ਸਕਦੀ ਹੈ। ਡੰਡੀ ਤਰਾਈ ਦੇ ਖੇਤਰ, ਦੁਧਵਾ ਟਾਈਗਰ ਰਿਜ਼ਰਵ ਅਤੇ ਮਹਾਰਾਸ਼ਟਰ ਵਿੱਚ ਨਾਗਜ਼ੀਰਾ ਵਾਈਲਡ ਲਾਈਫ ਸੈਂਚੂਰੀ ਵਿੱਚ ਇਸ ਦੀ ਮੌਜੂਦਗੀ ਦਾ ਪਤਾ ਚੱਲਿਆ ਹੈ। ਡੰਡੀ ਇਹ ਛੋਟੀਆਂ ਚਿੜੀਆਂ ਅਤੇ ਛੋਟੇ ਸਤਨਾਧਾਰੀ ਜੀਵਾਂ, ਕੀੜੀਆਂ, ਡੱਡੂਆਂ ਆਦਿ ਨੂੰ ਖਾ ਕੇ ਆਪਣਾ ਢਿੱਡ ਭਰਦੀ ਹੈ। ਡੰਡੀ ਅਕਸਰ ਰਾਤ ਨੂੰ ਸ਼ਿਕਾਰ ਕਰਦੀ ਹੈ। ਡੰਡੀ ਇਹ ਜ਼ਮੀਨ ਦੇ ਇਲਾਵਾ ਰੁੱਖਾਂ 'ਤੇ ਵੀ ਆਸਾਨੀ ਨਾਲ ਚੜ ਜਾਂਦੀ ਹੈ। ਡੰਡੀ ਇਹ ਮਾਦਾ ਵੇਲੀ 67 ਦਿਨਾਂ ਦੀ ਗਰਭ ਅਵਸਥਾ ਤੋਂ ਬਾਅਦ 1 ਤੋਂ 3 ਬਲੂੰਗੜਿਆਂ ਨੂੰ ਜਨਮ ਦਿੰਦੀ ਹੈ। ਡੰਡੀ ਚਿੜੀਆਂ ਘਰ ਵਿੱਚ ਪਾਲਤੂ ਰੱਖ ਕੇ ਜੰਗਾਲੇ ਧੱਬਿਆਂ ਵਾਲੀ ਬਿੱਲੀ ਦੀ ਉਮਰ 12 ਸਾਲ ਦੱਸੀ ਗਈ ਹੈ। ਡੰਡੀ ਇਹਨਾਂ ਛੋਟੀਆਂ ਬਿੱਲੀਆਂ ਦਾ ਮੁੱਖ ਖਤਰਾ ਭਾਰਤ ਅਤੇ ਸ਼੍ਰੀਲੰਕਾ ਦੀ ਵੱਧਦੀ ਆਬਾਦੀ ਦੀਆਂ ਜ਼ਰੂਰਤਾਂ ਕਾਰਨ ਉਹਨਾਂ ਦੇ ਕੁਦਰਤੀ ਨਿਵਾਸ ਦਾ ਵਿਨਾਸ਼ ਹੋਣਾ ਹੈ। ਡੰਡੀ ਅਵਾਰਾ ਪਾਲਤੂ ਬਿੱਲੀਆਂ ਦੇ ਨਾਲ ਹਾਈਬ੍ਰਿਡ ਹੋਣ ਨਾਲ ਵੀ ਜੰਗਾਲੇ ਧੱਬੇ ਵਾਲੀਆਂ ਬਿੱਲੀਆਂ ਦੀ ਨਸਲ 'ਤੇ ਮਾੜਾ ਅਸਰ ਪੈਣ ਦਾ ਡਰ ਹੈ। ਸਟੋਪ।